ਗੁੱਡ ਈਵਨਿੰਗ ਟੂ ਆਲ ਮਾਈ ਫਰੈਂਡ, ਮਾਈ ਨੇਮ ਇਜ਼ ਦਲਜੀਤ ਸਿੰਘ ਅਤੇ ਮੈਂ ਮੋਗਾ ਸ਼ਹਿਰ ਤੋਂ ਬਿਲੋਂਗ ਕਰਦਾ ਅਤੇ ਮੈਨੂੰ ਬਾਲਾ ਜੀ ਸਰਵਿਸ ਬਾਰੇ ਮੇਰੇ ਫਰੈਂਡ ਦਮਨ ਤੋਂ ਪਤਾ ਲੱਗਿਆ ਸੀ ਅਤੇ ਮੈਂ ਇੱਥੇ ਆ ਕੇ ਇਹਨਾਂ ਨਾਲ ਕੰਟੈਕਟ ਕੀਤਾ ਅਤੇ ਮੈਨੂੰ ਉਹਨਾਂ ਦੀ ਸਰਵਿਸ ਬਹੁਤ ਅੱਛੀ ਲੱਗੀ। ਇਹ ਜੋਬ ਦੇ ਲਈ ਪੂਰੀ ਕੰਫਰਮੇਸ਼ਨ ਅਤੇ ਰਿਕੁਆਇਰਮੈਂਟ ਸਭ ਕੋਈ ਪਹਿਲਾਂ ਹੀ ਦੱਸ ਦਿੰਦੇ ਨੇ। ਪੂਰੀ ਕਮਿਊਨੀਕੇਸ਼ਨ ਇਹਨਾਂ ਦੀ ਬਹੁਤ ਅੱਛੀ ਹੈ, ਸਟਾਫ ਬਹੁਤ ਫਰੈਂਡਲੀ ਹੈ ਅਤੇ ਮੈਨੂੰ ਸਾਰੀ ਡਿਟੇਲ ਇਹਨਾਂ ਨੇ ਪਹਿਲਾਂ ਹੀ ਦੱਸਤੀ ਸੀ ਅਤੇ ਇਹਨਾਂ ਨੇ ਮੇਰੇ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਠੱਗੀ ਵਾਲਾ ਕੰਮ, ਧੋਖੇ ਵਾਲਾ, ਝੂਠ ਵਾਲਾ ਕੋਈ ਕੰਮ ਨਹੀਂ ਕੀਤਾ। ਅਤੇ ਮੈਨੂੰ ਫੀਸ ਇਹਨਾਂ ਨੇ ਮੇਰੀ ਨੌਕਰੀ ਦੀ ਕੰਫਰਮੇਸ਼ਨ ਹੋਣ ਤੋਂ ਬਾਅਦ ਹੀ ਲਈ ਸੀ। ਜਿਸ ਤਰ੍ਹਾਂ ਆਪਾਂ ਦੂਜੀ ਕੰਪਨੀ ਤੋਂ ਜਾਂਦੇ ਉਹ ਪਹਿਲਾਂ ਐਡਵਾਂਸ ਪਹਿਲਾਂ ਲੈ ਦਿੰਦੇ ਅਤੇ ਬਾਅਦ 'ਚ ਆਪਾਂ ਨੂੰ ਖਰਾਬ ਕਰ ਦਿੰਦੇ। ਇਸ ਤਰ੍ਹਾਂ ਦੀ ਬਾਲਾ ਜੀ ਸਰਵਿਸ ਬਾਰੇ, ਬਾਲਾ ਜੀ ਸਰਵਿਸ ਇਸ ਤਰ੍ਹਾਂ ਤੋਂ ਬਿਲਕੁਲ ਵੀ ਕੰਮ ਨਹੀਂ ਕਰਦੀ। ਹਮੇਸ਼ਾ ਪ੍ਰੋਪਰ ਵੇ, ਪ੍ਰੋਪਰ ਢੰਗ ਦੇ ਨਾਲ ਜੋਬ ਦੇ ਲਈ ਰਿਕੁਆਇਰਮੈਂਟ ਦਿੰਦੀ ਹੈ। ਅਤੇ ਮੇਰੇ ਇੰਟਰਵਿਊ ਵਾਸਤੇ ਵੀ ਉਹ ਨਾਲ ਲੈ ਗਏ ਸੀ, ਆਪਣੇ ਨਾਲ ਇੱਕ ਵਰਕਰ ਨੂੰ ਭੇਜਿਆ ਸੀ ਤਾਂ ਕਿ ਮੇਰੀ ਇੰਟਰਵਿਊ ਅੱਛੀ ਤਰੀਕੇ ਨਾਲ ਹੋ ਸਕੇ। ਅਤੇ ਕੋਈ ਵੀ ਐਡਵਾਂਸ ਇਹਨਾਂ ਨੇ ਪਹਿਲਾਂ ਕੋਈ ਨਹੀਂ ਦਿੱਤਾ। ਮੇਰੀ ਜੋਬ ਦੀ ਰਿਕੁਆਇਰਮੈਂਟ ਦੀ ਕੰਫਰਮੇਸ਼ਨ ਹੋਣ ਤੋਂ ਬਾਅਦ ਹੀ ਇਹਨਾਂ ਨੇ ਮੇਰੇ ਤੋਂ ਫੀਸ ਲਈ ਹੈ ਜੀ। ਅਤੇ ਮੈਂ ਸਾਰੇ ਆਪਣੇ ਫਰੈਂਡਸ ਨੂੰ ਇਹ ਮੈਸੇਜ ਦਿੰਦਾ ਵਾਂ ਕਿ ਜੇ ਵੀ ਤੁਸੀਂ ਕਿਤੇ ਵੀ ਜਾਂਦੇ ਹੋ ਦੂਜੀ ਥਾਂ 'ਤੇ ਜਾਂ ਜੋਬ ਦੇ ਲਈ, ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੀ ਕੰਪਨੀ ਬਾਰੇ ਪੂਰੀ ਤਰ੍ਹਾਂ ਇਨਫੋਰਮੇਸ਼ਨ ਕੁਲੈਕਟ ਕਰਕੇ ਫਿਰ ਹੀ ਉਹਨਾਂ ਦਾ ਅੱਗੇ ਸਟੈਪ ਚੁੱਕੋ ਜੀ। ਅਤੇ ਮੈਨੂੰ ਬਾਲਾ ਜੀ ਸਰਵਿਸ ਬਹੁਤ ਅੱਛੀ ਲੱਗੀ ਹੈ, ਮੈਂ ਇਹਨਾਂ ਦੀ ਸਰਵਿਸ ਤੋਂ ਬਹੁਤ ਅੱਛਾ ਖੁਸ਼ ਹਾਂ ਜੀ।